ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਗੱਲ ਕਰਦੇ ਹਾਂ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਦੀ, ਜਿੱਥੇ ਸਟੂਡੈਂਟਸ ਦਾ ਰੁਝਾਨ ਸੀਗਾ, ਸਟੂਡੈਂਟ ਚਾਹਵਾਨ ਸੀਗੇ ਕਿ ਆਸਟ੍ਰੇਲੀਆ ਜਾ ਕੇ ਆਪਣੀ ਪੜ੍ਹਾਈ ਪੂਰੀ ਕਰਨ। ਇੱਕ ਕਰੋਨਾ ਪੈਂਡਮਿਕ ਦਾ ਦੌਰ ਸੀਗਾ ਕਿ ਜਦੋਂ ਆਸਟ੍ਰੇਲੀਆ ਨੇ ਆਪਣੇ ਬਾਰਡਰਸ ਨੂੰ ਕਲੋਜ਼ ਕੀਤਾ, ਸਟੂਡੈਂਟਸ ਵੀ ਵੇਟ ਕਰ ਰਹੇ ਸੀਗੇ ਅਤੇ ਕੰਸਲਟੈਂਟਸ ਵੀ ਵੇਟ ਕਰ ਰਹੇ ਸੀਗੇ ਕਿ ਕਦੋਂ ਆਸਟ੍ਰੇਲੀਅਨ ਬਾਰਡਰਸ ਜਿਹੜੇ ਆ ਓਪਨ ਹੋਣ। ਅਤੇ ਸੈਕਿੰਡ ਚੀਜ਼ ਅਗਰ ਆਪਾਂ ਦੇਖਣ ਨੂੰ ਕਹਿੰਦੇ ਕਿ ਜੁਲਾਈ ਇਨਟੇਕ ਜੋ ਕਿ ਲਾਸਟ ਸਟੇਜ ਦੇ ਉੱਪਰ ਹੈ ਕਿ ਕੁਛ ਦਿਨ ਰਹਿ ਗਿਆ ਜੁਲਾਈ ਇਨਟੇਕ ਦੀ ਐਪਲੀਕੇਸ਼ਨ ਦੀ, ਹਰ ਇੱਕ ਸਟੂਡੈਂਟ ਨੂੰ ਇੰਤਜ਼ਾਰ ਹੈ। ਕਈ ਸਟੂਡੈਂਟ ਜੁਲਾਈ ਇਨਟੇਕ ਐਪਲੀਕੇਸ਼ਨ ਦਾ ਵੇਟ ਕਰ ਰਹੇ ਹੈ, ਕਈ ਸਟੂਡੈਂਟ ਆਲਰੇਡੀ ਰਿਫਿਊਜ਼ ਹੋਏ ਸੀਗੇ ਉਹ ਵੀ ਜੁਲਾਈ ਇਨਟੇਕ ਦੇ ਵਿੱਚ ਜਾਣਾ ਚਾਹੁੰਦੇ ਆ। ਸਿਮਿਲਰ ਜੀ ਗੱਲ ਕਰਨਾ ਕਿ ਜਦੋਂ ਲਾਸਟ ਆਸਟ੍ਰੇਲੀਅਨ ਸੈਮੀਨਾਰ ਹੋ ਕੇ ਗਏ ਆ, ਆਸਟ੍ਰੇਲੀਆ ਤੋਂ ਟੀਮ ਆਈ ਸੀਗੀ, ਮਿਲ ਕੇ ਗਏ, ਕਾਫੀ ਸਟੂਡੈਂਟਸ ਉਹਦੇ ਵਿੱਚ ਸੀਗੇ ਕਿ ਬੜੇ ਸਟੂਡੈਂਟਸ ਨੇ ਪਾਰਟੀਸਿਪੇਟ ਕੀਤਾ, ਬੜੀਆਂ ਇਨਕੁਆਇਰੀਜ਼ ਸੀਗੀਆਂ, ਮੇਜਰ ਜਿਹੜੀਆਂ ਚੀਜ਼ਾਂ ਵਿੱਚ ਦੇਖਣ ਨੂੰ ਮਿਲੀਆਂ ਕਿ ਕਾਫੀ ਰਿਫਿਊਜ਼ ਐਪਲੀਕੇਸ਼ਨ ਸੀਗੀਆਂ ਕਿ ਜਿਹੜੇ ਸਟੂਡੈਂਟਸ ਮਿਲ ਕੇ ਗਏ ਸੀਗੇ। ਔਰ ਉਹਦੇ ਵਿੱਚ ਕਈ ਸਟੂਡੈਂਟਸ ਦੇ ਇੱਦਾਂ ਦੇ ਸਵਾਲ ਸੀਗੇ ਕਿ JTE ਜਿਹੜੀ ਜੈਨੂਨ ਟੈਂਪਰਰੀ ਐਂਟਰੈਂਟ ਤੋਂ ਲੈ ਕੇ ਪ੍ਰੋਬਲਮ ਸੀਗੀ, ਕਈਆਂ ਨੂੰ GTE ਦੇ ਡਾਊਟ ਸੀਗਾ ਕਿ ਸਰ ਮੇਰੀ GTE ਕਲੀਅਰ ਹੋਊਗੀ ਜਾਂ ਨਹੀਂ ਹੋਊਗੀ, ਕਈਆਂ ਨੂੰ ਕਿਸੇ ਹੋਰ ਕੰਸਲਟੈਂਟ ਦੇ ਕੋਲ ਐਪਲੀਕੇਸ਼ਨ ਅਪਲਾਈ ਕੀਤੀਆਂ ਬਟ ਸਟਿਲ ਵੇਟ ਕਰ ਰਹੇ ਆਪਣੀ GTE ਪ੍ਰੋਸੈਸ ਕਲੀਅਰ ਹੋਣ ਦੇ ਲਈ ਕਿ ਸਰ ਮੇਰੀ GTE ਕਲੀਅਰ ਹੋਏਗੀ ਜਾਂ ਨਹੀਂ ਹੋਏਗੀ, ਜਾਂ ਕੀ ਕਾਰਨ ਹੈ ਉਸ ਚੀਜ਼ ਦੇ ਲੈ ਕੇ ਕਿ ਮੇਰੀ GTE ਕਲੀਅਰ ਨਹੀਂ ਹੋ ਰਹੀ। ਕਈ ਐਪਲੀਕੈਂਟ ਸੀਗੇ ਜਿਨ੍ਹਾਂ ਨੂੰ GTE ਕ੍ਰਾਈਟੀਰੀਆ ਤੋਂ ਡਰ ਸੀਗਾ ਜਾਂ GTE ਕ੍ਰਾਈਟੀਰੀਆ ਤੋਂ ਸੀਗਾ ਕਿ ਮੇਰੀ GTE ਕ੍ਰਾਈਟੀਰੀਆ ਕਲੀਅਰ ਹੋਊਗਾ ਜਾਂ ਨਹੀਂ ਹੋਊਗਾ। ਕਈ ਐਪਲੀਕੈਂਟ ਸੀਗੇ ਕਿ ਜਿਹੜੇ ਆਸਟ੍ਰੇਲੀਆ ਤੋਂ ਆਲਰੇਡੀ ਰਿਫਿਊਜ਼ ਹੋ ਚੁੱਕੇ ਸੀਗੇ, ਕਈਆਂ ਨੂੰ ਵੈਡਿੰਗ 1 ਸਾਲ ਪੁਰਾਣੀ ਦਾ ਡਾਊਟ ਸੀਗਾ ਕਿ ਵੈਡਿੰਗ 1 ਸਾਲ ਪੁਰਾਣੀ ਹੈ, ਮੈਂ ਅਪਲਾਈ ਕਰ ਸਕਦਾ ਜਾਂ ਨਹੀਂ। ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਮੈਂ ਉਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਚਾਹੂੰਗਾ। ਸਟਾਰਟਿੰਗ 'ਚ ਆਪਾਂ ਗੱਲ ਕਰਦੇ ਹਾਂ ਜੈਨੂਅਨ ਟੈਂਪਰਰੀ ਐਂਟਰੈਂਟ ਬਾਰੇ ਕਿ GTE ਬੜਾ ਇੱਕ ਇੰਪੋਰਟੈਂਟ ਪਾਰਟ ਹੈ ਤੁਹਾਡੀ ਐਡਮਿਸ਼ਨਸ ਦੇ ਲਈ ਔਰ ਤੁਹਾਡੇ ਵੀਜ਼ਾ ਫਾਈਲਿੰਗ ਦੇ ਲਈ। ਅਗਰ ਆਪਾਂ GTE ਦੀ ਗੱਲ ਕਰਦੇ ਹਾਂ ਕਿ ਬੜੇ ਸਟੂਡੈਂਟ ਕਹਿੰਦੇ ਆ ਕਿ ਸਾਡੀ GTE ਕਲੀਅਰ ਨਹੀਂ ਹੋ ਰਹੀ, ਜਿਹੜੇ GTE ਦੇ ਲਈ ਡਾਕੂਮੈਂਟੇਸ਼ਨ ਜਿਹੜੇ ਰਿਕੁਆਇਰਡ ਹੁੰਦੇ ਤੁਹਾਨੂੰ ਬੜੇ ਹੀ ਕਲੀਅਰ ਪਹਿਲਾਂ ਤਾਂ ਸਬਮਿਟ ਕਰਨੇ ਪੈਂਦੇ ਯੂਨੀਵਰਸਿਟੀਜ਼ ਨੂੰ ਕਿ ਵਿਜ਼ੀਬਿਲਟੀ ਅਗਰ ਕਿਸੇ ਦੀ ਨਹੀਂ ਹੁੰਦੀ ਤਾਂ ਯੂਨੀਵਰਸਿਟੀਜ਼ ਨੂੰ ਪ੍ਰੋਬਲਮ ਆਉਂਦੀ ਹੈ ਉਸ ਚੀਜ਼ ਨੂੰ ਲੈ ਕੇ। ਡਾਕੂਮੈਂਟ ਸ਼ੁੱਡ ਬੀ ਵੈਰੀ ਕਲੀਅਰ। ਸੈਕਿੰਡ ਥਿੰਗ ਇਹ ਹੈ ਕਿ ਕਈ ਯੂਨੀਵਰਸਿਟੀਜ਼ ਇੱਦਾਂ ਦੀਆਂ ਕਿ ਜਿਹੜੀ ਨੋਟਰੀਅਸ ਡਾਕੂਮੈਂਟ ਰਿਕੁਆਇਰਡ ਕਰਦੇ ਆ, ਸੋ ਪ੍ਰੋਪਰ ਵੇ ਦੇ ਨਾਲ ਉਹਨੂੰ ਸਕੈਨ ਕੀਤਾ ਜਾਏ, ਪ੍ਰੋਪਰ ਵੇ ਦੇ ਨਾਲ ਨੋਟਰੀਅਸ ਕਰਕੇ ਕਲੀਨ ਡਾਕੂਮੈਂਟਸ ਅਗਰ ਭੇਜੇ ਜਾਂਦੇ ਆ ਤਾਂ ਉਹ ਚੀਜ਼ ਕਾਫੀ ਬੈਨੀਫਿਸ਼ੀਅਲ ਰਹਿੰਦੀ ਹੈ, ਜਿਹੜੀ ਵਿਜ਼ੀਬਿਲਟੀ ਵੀ ਕਲੀਅਰ ਰਹਿੰਦੀ ਹੈ। ਸੈਕਿੰਡ ਥਿੰਗ ਆਪਾਂ ਗੱਲ ਕਰਦੇ ਹਾਂ ਇੰਪੋਰਟੈਂਟ ਰੋਲ ਜੋ GTE ਦੇ ਵਿੱਚ ਆਉਂਦੀ ਹੈ ਉਹ ਹੈਗੀ ਜੀ ਇਨਕਮ ਟੈਕਸ ਰਿਟਰਨਸ। ਤੁਹਾਡੀ ITRs ਜਿਹੜੀਆਂ ਯੂਨੀਵਰਸਿਟੀਜ਼ ਰਿਕੁਆਇਰਡ ਕਰਦੀਆਂ ਕਿ ਜਿੱਥੇ ਤੁਸੀਂ ਆਪਣੀ ਫੀਸਿਸ ਪੇ ਕਰਦੇ ਹੋ, ਆਪਣੇ ਐਕਸਪੈਂਸਿਸ ਦਿਖਾਉਂਦੇ ਹੋ, ਇਸ ਤੋਂ ਅਲਟਰਨੇਟ ਕਿੰਨਾ ਕੁ ਤੁਹਾਡਾ ਕਾਰੋਬਾਰ ਹੈ, ਕਿੰਨੀ ਕੁ ਤੁਹਾਡੀ ਕਮਾਈ ਹੋ ਰਹੀ ਹੈ, ਕਿੱਥੋਂ ਦੇ ਕਿੱਦਾਂ ਪੈਸਾ ਤੁਹਾਨੂੰ ਆ ਰਿਹਾ, ਤੁਹਾਨੂੰ ਉਹਦਾ ਸੋਰਸ ਦੇਣਾ ਪੈਂਦਾ। ਕਈ ਵਾਰ ਕੀ ਹੁੰਦਾ ਕਿ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਮੋਸਟਲੀ ਆਪਾਂ ਇੱਥੋਂ ਫੀਸਿਸ ਕਰਾ ਲਈਆਂ, ਐਕਸਪੈਂਸਿਸ ਦਿਖਾ ਲਏ, ਬਟ ਯੂਨੀਵਰਸਿਟੀਜ਼ ਔਰ ਆਸਟ੍ਰੇਲੀਅਨ ਗਵਰਨਮੈਂਟ ਵੀ ਦੇਖਣਾ ਚਾਹੁੰਦੀ ਹੈ ਕਿ ਤੁਸੀਂ ਜਦੋਂ ਉੱਥੇ ਪਹੁੰਚ ਜਾਂਦੇ ਹੋ ਕਿ ਤੁਹਾਡੇ ਕੋਲ ਨੈਕਸਟ ਈਅਰ ਦੀ ਫੀਸ ਪੇ ਕਰਨ ਦਾ ਬੈਕਅਪ ਹੈ ਜਾਂ ਨਹੀਂ ਹੈ। ਉਸ ਚੀਜ਼ ਦੇ ਲਈ ਤੁਸੀਂ ਆਪਣੀ ਇਨਕਮ ਟੈਕਸ ਰਿਟਰਨਸ ਦਿਖਾਉਂਦੇ ਹੋ। ਕਈ ਵਾਰ ਕੀ ਹੁੰਦਾ ਕਿ ਕਈ ਕੰਸਲਟੈਂਟਸ ਹੈ ਜਾਂ ਕਈ ਸਟੂਡੈਂਟਸ ਹੈ ਜੋ ਕਿ 1 ਸਾਲ ਦੀ ITRs ਪ੍ਰੋਵਾਈਡ ਕਰਦੇ ਆ, ਦੈਨ ਯੂਨੀਵਰਸਿਟੀਜ਼ ਜਾਂ ਤਾਂ ਸਟੇਟ ਵੇ ਉਹਨੂੰ ਡਿਕਲਾਈਨ ਕਰ ਦਿੰਦੀ ਹੈ GTE ਅਪਰੂਵ ਕਰਨ ਲਈ, ਜਾਂ ਫਿਰ ਕੀ ਚੀਜ਼ ਹੁੰਦੀ ਕਿ ਨੈਕਸਟ ਉਸ ਤੋਂ ਬੈਕ ਡੇਟ ਦੀਆਂ ਜਿਹੜੀਆਂ ਪ੍ਰੀਵੀਅਸ 1 ਜਾਂ 2 ਸਾਲ ਦੀ ਜਿਹੜੀ ਹੁੰਦੀ ਹੈ ITRs ਰਿਕੁਆਇਰਡ ਕਰਦੀ ਹੈ। ਸੋ ਇਹ ਬੇਸਿਕ ਚੀਜ਼ਾਂ ਹੈਗੀਆਂ ਜਿਹੜੀਆਂ ਪ੍ਰੋਪਰ ਵੇ ਦੇ ਨਾਲ ਅਗਰ ਦਿੱਤੀਆਂ ਜਾਣ ਤਾਂ GTE ਸਟੂਡੈਂਟ ਦੀ ਕਲੀਅਰ ਹੋ ਜਾਂਦੀ ਹੈ। ਸੈਮੀਨਾਰ ਦੀ ਗੱਲ ਕਰ ਰਹੇ ਸੀਗੇ ਕਿ ਕਾਫੀ ਸਟੂਡੈਂਟ ਸੀਗੇ ਜਿਹੜੇ ਰਿਫਿਊਜ਼ ਹੋਣ ਤੋਂ ਬਾਅਦ ਦੁਬਾਰਾ ਰੀਲੌਜ ਐਪਲੀਕੇਸ਼ਨ ਕਰਨਾ ਚਾਹੁੰਦੇ ਸੀਗੇ ਕਿ ਆਸਟ੍ਰੇਲੀਆ ਦੇ ਵਿੱਚ ਵੀਜ਼ਾ ਰਿਫਿਊਜ਼ ਹੋਣ ਤੋਂ ਬਾਅਦ ਦੁਬਾਰਾ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਅਪਲਾਈ ਕਰਨਾ। ਇਟਸ ਅ ਵੈਰੀ ਚੈਲੰਜਿੰਗ ਥਿੰਗ। ਬੜੇ ਚੈਲੰਜਸ ਹੁੰਦੇ ਆ ਕਿ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਕਈ ਚੀਜ਼ਾਂ ਦੇਖਣ ਨੂੰ ਮਿਲਦੀਆਂ ਕਿ ਕਈ ਇੰਟੈਲੀਜੈਂਸ ਦਿਖਾਈ ਜਾਂਦੀ ਹੈ ਕੰਸਲਟੈਂਟ ਵੱਲੋਂ ਕਿ ਕਿੱਦਾਂ ਰੀਪ੍ਰਜੈਂਟ ਕਰਨਾ ਹੈ, ਕਿਸ ਤਰੀਕੇ ਦੇ ਨਾਲ ਆਪਾਂ ਫਾਈਲ ਨੂੰ ਦਿਖਾਉਣਾ, ਤਾਂ ਕਈ ਵਾਰ ਕਈ ਮਿਸਟੇਕਸ ਹੁੰਦੀਆਂ ਅਤੇ ਉਹ ਐਪਲੀਕੈਂਟ ਦੇ ਲਈ ਜਿਹੜੀ ਪ੍ਰੀਵੀਅਸ ਰਿਫਿਊਜ਼ਲ ਲੈ ਚੁੱਕੀ ਉਹ ਪੂਰੀ ਪ੍ਰੋਫਾਈਲ ਚਾਹੀਦੀ ਆ ਔਰ ਰਿਫਿਊਜ਼ਲ ਦੇ ਰੀਜ਼ਨਸ ਕੀ ਰਹੇ ਆ। ਅੰਬੈਸੀ ਆਫਿਸਰ ਵੱਲੋਂ ਵੀ ਰਹਿੰਦਾ ਕਿ ਯੂ ਆਰ ਵੈਲਕਮ ਟੂ ਰੀਅਪਲਾਈ ਕਰ ਸਕਦੇ ਹੋ, ਬਟ ਜਦ ਤੱਕ ਤੁਹਾਡੀ ਐਪਲੀਕੇਸ਼ਨ ਦੇ ਸਰਕਮਸਟਾਂਸਿਸ ਨਹੀਂ ਚੇਂਜ ਹੁੰਦੇ ਜਾਂ ਜਿਹੜੇ ਕਾਰਨਾਂ ਤੋਂ ਪਹਿਲਾਂ ਐਪਲੀਕੇਸ਼ਨ ਰਿਫਿਊਜ਼ ਕੀਤੀ ਸੀ ਸੇਮ ਸਰਕਮਸਟਾਂਸਿਸ ਤੁਸੀਂ ਦੁਬਾਰਾ ਐਪਲੀਕੇਸ਼ਨ ਲਗਾਓਗੇ ਉਹ ਸਟਿਲ ਉਹ ਅਗੇਨ ਰਿਫਿਊਜ਼ ਹੋਏਗੀ। ਉਮੀਦ ਹੈ ਤੁਹਾਨੂੰ ਵੀਡੀਓ ਦੇ ਜ਼ਰੀਏ ਆਪਣੇ ਸਵਾਲਾਂ ਦਾ ਜਵਾਬ ਮਿਲੇ ਅਤੇ ਫਰਦਰ ਅਗਰ ਕਿਸੇ ਦਾ ਕੋਈ ਸਵਾਲ ਰਹਿ ਜਾਂਦੇ ਆ ਜਾਂ ਕੋਈ ਆਸਟ੍ਰੇਲੀਅਨ ਜਾਂ ਅਦਰ ਕੰਟਰੀ ਦੇ ਰਿਗਾਰਡਿੰਗ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਤਾਂ ਓਮ ਗਲੋਬਲ ਦੇ ਨਜ਼ਦੀਕੀ ਬ੍ਰਾਂਚ ਵਿਜ਼ਿਟ ਕਰ ਸਕਦੇ ਆ ਜਾਂ 91161 96167 'ਤੇ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਕੇ ਐਕਸਪਰਟਸ ਨੂੰ ਮਿਲ ਕੇ ਆਪਣੇ ਐਡਵਾਈਸ ਲੈ ਸਕਦੇ ਹੋ ਅਤੇ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ। ਅੱਜ ਦੇ ਲਈ ਧੰਨਵਾਦ।